ਸਤਿ ਸ੍ਰੀ ਅਕਾਲ ਪਸ਼ੂ ਪਾਲਕ ਵੀਰੋ, ਮੈਂ ਤੁਹਾਡਾ ਵੀਰੋ ਅੱਜ ਮੈਂ ਤੁਹਾਨੂੰ ਕੁਛ ਕੁ ਦਵਾਈਆਂ, ਜੇ ਤੁਹਾਡੇ ਕੋਲ 10 ਡੰਗਰ ਫਾਰਮ ਹੈ, ਕਿਤੇ ਦੂਰ ਪਿੰਡ ਚੋਂ ਦੂਰ ਰਹਿ ਰਹੇ ਹੋ, ਰਾਤ ਦਾ ਉੱਥੋਂ ਲੋੜ ਪੈਂਦੀ ਹੈ, ਤਾਂ ਤੁਸੀਂ ਆਪਦੇ ਘਰਾਂ ਦੇ ਵਿੱਚ ਕੁਛ ਕੁ ਦਵਾਈਆਂ ਇਹ ਤੁਸੀਂ ਘਰੇ ਲਿਆ ਕੇ ਰੱਖ ਸਕਦੇ ਹੋ ਐਮਰਜੈਂਸੀ ਵਾਸਤੇ। ਉਹ ਚ ਦੱਸੂਗਾ ਤੁਹਾਨੂੰ ਮੈਂ ਕਿ ਇਹ ਦਵਾਈਆਂ ਕਿਵੇਂ ਲੱਗਦੀਆਂ, ਇਹਨਾਂ ਦਾ ਕੀ ਰੋਲ ਹੁੰਦਾ, ਕਦੋਂ ਤੁਸੀਂ ਲਾ ਸਕਦੇ ਹੋ। ਤਾਂ ਇਹ ਵੀਡੀਓ ਥੋੜ੍ਹੀ ਜਿਹੀ ਲੰਬੀ ਹੋਣ ਵਾਲੀ ਹੈ, ਤੇ ਉਹੀ ਕਹਿਣਾ ਮਤਲਬ ਮੇਰਾ ਵੀ ਕਿਸੇ ਦਾ ਭਲਾ ਭਲੇ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ, ਕਿ ਇਹ ਦੇਖ ਕੇ ਤੁਸੀਂ ਕਿਸੇ ਦਾ ਭਲਾ ਵੀ ਕਰ ਸਕਦੇ ਹੋ। ਜਿਵੇਂ ਤੁਸੀਂ ਸੜਕ ਤੇ ਜਾ ਰਹੇ ਹੋ ਕਿਤੇ, ਤਾਂ ਕੋਈ ਗਰਮ ਡਿਗੇ ਹੱਟ ਲੱਗੀ ਪਈ ਹੈ ਜਾਂ ਟੈਂਪਰੇਚਰ ਡਾਊਨ, ਥਰਮਾਮੀਟਰ ਵਗੈਰਾ, ਤੁਹਾਨੂੰ ਸਭ ਕੁਛ ਦੱਸੂਗਾ ਇਹਦੇ ਵਿੱਚ ਕੀ ਹੁੰਦਾ, ਟੈਂਪਰੇਚਰ ਲੋਅ ਦੇ ਵਿੱਚ ਕੀ ਲੱਗਦਾ, ਹਾਈ ਦੇ ਵਿੱਚ ਕੀ ਲੱਗ ਰਿਹਾ, ਤੇ ਫੀਵਰ ਹੋ ਜਾਏ ਉਹ ਚ ਕੀ ਲੱਗੂਗਾ, ਮੋਕ ਜਾਂ ਡਾਇਰੀਆ ਵਗੈਰਾ, ਦਸਤ ਵਗੈਰਾ ਨੇ ਉਹ ਚ ਕੀ ਹੈ, ਤੇ ਐਲਰਜੀ ਹੋ ਗਈ ਉਹਦੇ ਵਿੱਚ ਕੀ ਹੈ, ਥਣ ਬੰਦ ਨੇ ਉਹ ਚ ਕੀ ਹੈ, ਸਭ ਤੋਂ ਸਾਰੀ ਲਾਈਵ ਹੋ ਕੇ ਦੱਸ ਰਿਹਾ ਮੈਂ। ਇਹ ਦੂਜਾ ਪਾਰਟ, ਇਸ ਤੋਂ ਬਾਅਦ ਪਹਿਲਾ ਪਾਰਟ ਸੀਗਾ, ਤੁਹਾਨੂੰ ਮੈਂ ਹੌਲੀ 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 ਇਹ ਕਰਦੇ ਕਰਦੇ ਤੁਹਾਨੂੰ ਮੈਂ ਪੂਰੀ ਜਾਣਕਾਰੀ ਦਊਂਗਾ ਇਹਦੇ ਵਿੱਚ, ਫਰੀ ਦੇ ਵਿੱਚ, ਕਿ ਤੁਸੀਂ ਆਪਦੇ ਡੰਗਰਾਂ ਦੇ ਆਪ ਰਖਵਾਲੇ ਬਣ ਸਕੋ। ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ, ਲਾਈਕ ਕਮੈਂਟ ਕਰਦੇ ਕਿ ਵਧੀਆ ਲੱਗਦੀ ਹੈ, ਕਿਸੇ ਮੇਰੇ ਵੀਰ ਭਾਈ ਦਾ ਫਾਇਦਾ ਹੋ। ਤਾਂ ਦੇਖੋ ਲਾਈਵ ਤੁਹਾਨੂੰ ਦਿਖਾ ਰਿਹਾ, ਇਹ ਕੁਛ ਕੁ ਦਵਾਈਆਂ ਨੇ ਵੀਰੋ, ਇਹਦੇ ਵਿੱਚ ਕੁਛ ਕੁ ਦਵਾਈਆਂ ਨੇ ਜਿਹੜੀਆਂ ਕਿ ਆਪਾਂ ਲਾ ਕੇ ਤੇ ਆਪਾਂ ਆਪਣੇ ਡੰਗਰਾਂ ਨੂੰ ਇਹ ਵੀਰ ਜੀ ਐਂਟੀਬੈਟ ਹੈਗਾ 1 ਗ੍ਰਾਮ। ਜਿਵੇਂ ਮੰਨ ਕੇ ਚੱਲੋ ਕਿ ਤੁਹਾਡੀ ਮੱਝ ਹੈ, 3-4 ਦਿਨ ਹੋ ਗਏ ਬੁਖਾਰ ਨਹੀਂ ਟੁੱਟ ਰਿਹਾ, ਜਾਂ ਤੁਹਾਡੀ ਮੱਝ ਦੀ ਗਾਂ ਦੀ ਜੇ ਪਈ ਨਹੀਂ ਜਾਂ ਪੈਗੀ ਲੇਟ ਪਈ ਹੈ, ਤੁਹਾਨੂੰ ਸ਼ੱਕ ਹੈ ਕਿ ਜੇਰ ਦਾ ਕਣ ਅੰਦਰ ਰਹਿ ਗਿਆ, ਤਾਂ ਤੁਸੀਂ ਇਹ ਲਾ ਸਕਦੇ ਹੋ 3 ਦਿਨ ਲਗਾਤਾਰ। ਅਤੇ ਜੇ ਤੁਹਾਨੂੰ ਐਂ ਲੱਗਦਾ ਕਿ ਤੁਹਾਡੀ ਮੱਝ ਦਾ ਥਣ ਖਰਾਬ ਹੈ, ਦੁੱਧ ਚ ਸਮੈਲ ਆ ਰਿਹਾ, ਦੁੱਧ ਲਾਲ ਹੋ ਗਿਆ ਜਾਂ ਸੋਜਾ ਆ ਗਿਆ ਥਣ ਦੇ ਉੱਤੇ, ਤਾਂ ਤੁਸੀਂ ਇਹ ਲਾ ਸਕਦੇ ਹੋ। ਨਾਲ ਤੁਸੀਂ ਇਹਦੇ ਆਹ ਇਹਨੂੰ ਲਾ ਸਕਦੇ ਹੋ ਐਂਡਰਾਸਿਨ, ਨਾਲ ਤੁਸੀਂ ਇਹਦੇ ਜੈਂਟਾਮਾਈਸਿਨ ਲਾ ਸਕਦੇ ਹੋ। ਇਹ ਤੁਸੀਂ ਤਿੰਨੇ ਥਣਾਂ ਦੇ ਵਿੱਚ ਵੀ ਲਾ ਸਕਦੇ ਹੋ, ਇਨਫੈਕਸ਼ਨ ਦੇ ਵਿੱਚ ਵੀ ਲਾ ਸਕਦੇ ਹੋ, ਤੇ ਜਿਹੜੀ ਮੈਸਟਾਈਟਿਸ ਹੁੰਦੀ ਹੈ ਥਣਾਂ ਦੇ ਰੋਗ, ਇੱਕ ਮੈਟਾਈਟਿਸ ਹੁੰਦੀ ਹੈ ਇਨਫੈਕਸ਼ਨ ਬੱਚੇਦਾਨੀ ਦੇ ਵਿੱਚ, ਤੁਸੀਂ ਉੱਥੇ ਵੀ ਇਹ ਯੂਜ ਕਰ ਸਕਦੇ ਹੋ, ਉੱਥੇ ਵੀ ਤੁਸੀਂ ਲਾ ਸਕਦੇ ਹੋ। ਇਹਦਾ ਬਹੁਤ ਹੀ ਰੋਲ ਹੈ, ਜਿਵੇਂ ਜੈਂਟਾਮਾਈਸਿਨ ਹੈ ਤੁਹਾਨੂੰ ਪਤਾ ਹੀ ਹੈ, ਸਬਕਟੇਨਸ ਤੇ ਐਂਥੋਫਲੋਕਸਾਸਿਨ, ਇਹ ਜਿਹੜੇ ਮੈਸਟਾਈਟਿਸ ਸਟਾਰਟਿੰਗ ਦੇ ਵਿੱਚ ਹੁੰਦੇ ਨੇ, ਸਬਕਟੇਨਸ ਜਿਹਨੂੰ ਕਹਿੰਦੇ ਨੇ, ਉਹ ਆਪਾਂ ਨੂੰ ਦਿੰਦੇ ਨਹੀਂ ਹੈਗੇ, ਜਦੋਂ ਵੱਧ ਮਾਤਰਾ ਚ ਹੋ ਜਾਂਦੇ ਨੇ ਫਿਰ ਆਪਾਂ ਨੂੰ ਛਿੱਦੀਆਂ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਉਹ, ਤੇ ਫਿਰ ਛਿੱਦੀਆਂ ਬਣਨ ਲੱਗ ਜਾਂਦੀਆਂ ਨੇ। ਮੈਸਟਾਈਟਿਸ ਸਟਾਰਟਿੰਗ ਤੁਸੀਂ ਤਾਂ ਪਹਿਲਾਂ ਇਹੀ ਤੁਸੀਂ ਲਾ ਸਕ ਮੁੱਢਲੀ ਸਹਾਇਤਾ। ਇਹ ਤੂੰ ਤਾਂ ਦੱਸ ਰਿਹਾ ਮੈਂ ਕਿ ਮੈਸਟਾਈਟਿਸ ਕਰਕੇ ਫਾਰਮਰਾਂ ਦਾ ਬਹੁਤ ਲੋਸ ਹੁੰਦਾ, ਕਿਉਂਕਿ ਮਹਿੰਗੀ ਮਹਿੰਗੀਆਂ ਦਵਾਈਆਂ ਨੇ ਵੀਰੋ, ਇਸ ਤੋਂ ਵੀ ਉੱਪਰ ਉੱਪਰ ਟੀਕੇ ਪਏ ਨੇ, ਬਹੁਤ ਮਹਿੰਗੇ ਮਹਿੰਗੇ ਟੀਕੇ ਪਏ ਨੇ, ਮਾਰਬੂਡੈਕ ਪਿਆ, ਮੌਕਸੀਫਲੋਕਸਿਨ ਪਿਆ, ਡੈਰੀ ਲੈਨ ਪਿਆ, ਬਹੁਤ ਬਹੁਤ ਤਰ੍ਹਾਂ ਤਰ੍ਹਾਂ ਦੇ ਟੀਕੇ ਨੇ ਵੀਰੋ, MSF ਵਗੈਰਾ ਹੈਗੇ ਨੇ, 3000 mg, 2500 mg। ਮਗਰ ਤੁਸੀਂ ਪਹਿਲਾਂ ਲੋ ਕਹਿਣ ਮਤਲਬ ਜਿਹੜੀ ਦਵਾਈ ਲਾਉਣੀ ਆ ਤੁਸੀਂ ਸਟਾਰਟਿੰਗ ਦੇ ਵਿੱਚ ਘੱਟ ਡੋਜ ਵਾਲੀ ਲਾਉਣੀ ਹੈ। ਜੇ ਤੁਸੀਂ ਪਹਿਲੀ ਵੱਧ ਡੋਜ ਵਾਲੀ ਲਾਤੀ ਵੀਰੋ, ਤਾਂ ਉਹਦੇ ਵਿੱਚ ਆਹ ਦਵਾਈਆਂ ਕੰਮ ਨਹੀਂ ਕਰਨੀਆਂ। ਤਾਂ ਪਹਿਲਾਂ ਇਹੀ ਮਨ ਮਾਓ ਕਿ
ਤੁਸੀਂ ਜਿਹੜੀ ਦਵਾਈ ਲਾਉਣੀ ਹੈ ਤੁਸੀਂ ਲੋ ਡੋਜ ਵਾਲੀ ਲਾਉਣੀ ਹੈ ਕਿ ਉਹ ਤੇ ਹੋਰ ਵੀ ਦਵਾਈ ਕੰਮ ਕਰ ਸਕੇ। ਤੇ ਇਸ ਤੋਂ ਬਾਅਦ ਵੀਰੋ ਜੇ ਮੱਝ ਗਾਂ ਆਪਣੀ ਸੂ ਪੀ, ਸੂਣ ਤੋਂ ਬਾਅਦ ਪਿਸ਼ਾਬ ਰੁਕ ਰੁਕ ਕੇ ਕਰਦੀ ਹੋਵੇ ਜਾਂ ਪਿਸ਼ਾਬ ਦਾ ਬੰਨ ਪਿਆ ਹੋਵੇ ਤੇ ਭਲਾ ਭੁਲਾ ਬਣ ਜਾਂਦੀਆਂ ਨੇ ਥੱਲੇ ਦੇਵੇ ਦੇ ਚੱਡੇ ਤੇ ਸੋਜਾ ਆ ਜਾਂਦਾ ਜਿਵੇਂ ਕਹਿੰਦੇ ਨੇ ਪਾਣੀ ਭਰ ਗਿਆ, ਤਾਂ ਉਹਦੇ ਵਿੱਚ ਤੁਸੀਂ ਵੀਰੋ ਆਹ ਰਿੜਿਮਾ ਇੰਜੈਕਸ਼ਨ ਹੈ ਇਹ ਕੱਲਾ ਸਿਰਫ ਪ੍ਰੈਗਨੈਂਟ ਛੱਡ ਕੇ, ਜਿਹੜੀ ਪ੍ਰੈਗਨੈਂਟ ਹੁੰਦੀਆਂ ਨੇ ਗੱਭਣ ਮੱਝਾਂ ਗਾਵਾਂ ਨੂੰ ਛੱਡ ਕੇ ਤੁਸੀਂ ਕਿਤੇ ਮਰਜ਼ੀ ਲਾ ਸਕਦੇ ਹੋ। ਇਹਨੂੰ ਭਲਾਂ ਦੇ ਵਿੱਚ ਲਾ ਸਕਦੇ ਹੋ ਤੁਸੀਂ, ਇਹਨੂੰ ਤੁਸੀਂ ਆਪਦਾ ਪਿਸ਼ਾਬ ਦੇ ਰੋਗ ਦੇ ਵਿੱਚ ਲਾ ਸਕਦੇ ਹੋ ਤੇ ਯੂਰਨਰੀ ਇਨਫੈਕਸ਼ਨ ਦੇ ਵਿੱਚ ਵੀ ਤੁਸੀਂ ਲਾ ਸਕਦੇ। ਇਹਦੇ ਨਾਲ ਤੁਸੀਂ ਇੱਕ ਆਉਂਦੀ ਹੈ ਮੈਗਲੋਡਾਈਨ, ਤੁਸੀਂ ਮੈਗਲੋਡਾਈਨ ਵੀ ਨਾਲ ਲਾ ਸਕਦੇ, ਮਗਰ ਇਹ ਦੇਖ ਲਿਓ ਕਿ ਗੱਭਣ ਦੇ ਨਹੀਂ ਲਾਉਣਾ। ਤੇ ਜਿਹੜੇ ਮੇਰੇ ਵੀਰ ਨਵੇਂ ਨੇ ਨਵੇਂ ਦੇਖ ਰਹੇ ਨੇ ਉਹ ਮੇਰਾ ਵੀਰ ਮੈਨੂੰ ਪੁੱਛ ਲਿਆ ਕਰਨ ਕਿ ਕਿੰਨੀ ਡੋਜ਼ ਹੈ, ਕੀ ਕਿਵੇਂ ਲਾਉਣੀ ਹੈ ਇਹ ਤੇ ਕਦੋਂ ਲਾਉਣੀ ਹੈ ਇਹ ਮੈਨੂੰ ਪੁੱਛ ਲੈਣ, ਕਿ ਜਿਹੜੇ ਫਾਰਮ ਪੁਰਾਣੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ, ਉਹਨਾਂ ਦਾ ਭੇਦ ਆਇਆ ਹੋਇਆ, ਚਲੋ ਉਹਨਾਂ ਨੇ ਫੇਰ ਰਿਵੀਜ਼ ਕਰਾ ਰਹੇ ਇੱਕ, ਕਿ ਕਈ ਵਾਰੀ ਜਿਹੜੀ ਸਿੱਖਿਆ ਹੁੰਦੀ ਹੈ ਵੀਰੋ ਇਹਦਾ ਜਿੰਨੀ ਵੰਡੋਗੇ ਉਨੀ ਫੈਲੂਗੀ, ਕਿਉਂਕਿ ਪੈਸਾ ਖੋ ਲੈਂਦਾ ਅਗਲਾ ਸਭ ਕੁਛ ਖੋ ਲੈਂਦਾ ਮਗਰ ਸਿੱਖਿਆ ਨਹੀਂ ਹੋ ਸਕਦਾ ਕੋਈ। ਇਹਦਾ ਜਿੰਨੀ ਤੁਸੀਂ ਦਿਓਗੇ ਨਾ ਲੋਕਾਂ ਨੂੰ ਉਨੀ ਹੀ ਲੋਕ ਭਲਾਈ ਦੇ ਕੰਮ ਵੱਧ ਚੜ੍ਹ ਕੇ ਕਰੋਗੇ, ਉਨੀ ਫਾਇਦਾ ਵੀਰੋ ਆਪਣਾ ਫਾਇਦਾ ਤੇ ਲੋਕਾਂ ਦਾ ਫਾਇਦਾ। ਤੇ ਰਾਤ ਬਰਾਤ ਦਾ ਟਾਈਮ ਹੁੰਦਾ ਵੀਰੋ ਆਪਣੀ ਮੱਝ ਭਾਰ ਦਿਖਾਉਣ ਲੱਗ ਜਾਂਦੀ ਹੈ, ਭਾਰ ਦਾ ਮਤਲਬ ਭਾਰ ਜਿਵੇਂ ਕਹਿ ਲਈਏ ਕਿ ਆਪਣੀ ਜਿਹੜੀ ਮੱਝ ਹੈ ਉਹ ਵੀਰੋ ਭਾਰ ਦਿਖਾਉਣ ਲੱਗ ਜਾਂਦੀ ਹੈ, ਭਾਰ ਦਾ ਮਤਲਬ ਕਿ ਬਲੈਡਰ ਬਾਹਰ ਆ ਜਾਂਦਾ, ਪਿਸ਼ਾਬ ਦੇ ਬੰਦ ਕਰਕੇ ਵੀ ਹੋ ਜਾਂਦਾ, ਉਹ ਇਨਫੈਕਸ਼ਨ ਦੇ ਕਰਕੇ ਵੀ ਹੋ ਜਾਂਦਾ, ਵੱਧ ਖਾ ਲੈਂਦੀਆਂ ਨੇ ਤੇ ਆਪਾਂ ਥੋੜੀ ਉਮਰ ਦੇ ਵਿੱਚ ਉਹਨਾਂ ਦੀ AI ਕਰਾ ਦਿੰਦੇ ਹਾਂ, ਕਹਿੰਦਾ ਮਤਲਬ ਪੂਰੀ ਪ੍ਰੋਪਰ ਨਹੀਂ ਹੁੰਦੀ ਉਹ, ਬੋਡੀ ਵੇਟ ਨਹੀਂ ਸਹੀ ਹੁੰਦਾ ਉਹਨਾਂ ਦਾ ਤੇ ਬੱਚੇ ਦਾ ਨਹੀਂ ਸਹੀ ਨਹੀਂ ਹੁੰਦੀ AI, ਆਪਾਂ ਜਦੋਂ ਕਰਾ ਦਿੰਦੇ ਹਾਂ ਤਾਂ ਕਈ ਵਾਰੀ ਉਹਦੇ ਨਾਲ ਵੀ ਹੋ ਜਾਂਦਾ। ਤਾਂ ਵੀਰੋ ਉਹਦੇ ਵਿੱਚ ਤੁਹਾਨੂੰ ਜਿਹੜੀ ਮੁੱਢਲੀ ਸਹਾਇਤਾ ਘਬਰਾਉਣ ਦੀ ਕੋਈ ਲੋੜ ਨਹੀਂ, ਤੁਹਾਨੂੰ ਮੈਂ ਉਹਦੇ ਵਾਸਤੇ ਵੀ ਇੰਜੈਕਸ਼ਨ ਦੱਸ ਰਿਹਾ ਮੈਂ ਤੁਹਾਨੂੰ। ਉਹਦੇ ਵਿੱਚ ਵੀਰੋ ਤੁਸੀਂ ਇੱਕ ਤਾਂ ਸਿਉਕਲ ਇੰਜੈਕਸ਼ਨ ਆਉਂਦਾ, ਤੁਸੀਂ ਸਿਉਕਲ ਲਾ ਸਕਦੇ ਹੋ 2 ਐਮਐਲ, ਵੱਧ ਨਹੀਂ ਲਾਉਣਾ ਵੀਰੋ, 2 ਐਮਐਲ ਇਹ ਤੁਸੀਂ ਲਾ ਸਕਦੇ ਹੋ, ਨਾਲ ਤੁਸੀਂ ਇਹ ਇੰਜੈਕਸ਼ਨ ਵੀ ਲਾ ਸਕਦੇ ਹੋ ਐਂਟੀਬਾਇਟਿਕ, ਤੇ ਨਾਲ ਤੁਸੀਂ ਕੋਈ ਮਲਟੀ ਵਿਟਾਮਿਨ ਜਿਵੇਂ ਮੈਲੋਲੈਕਸ ਪਲੱਸ ਹੋ ਗਿਆ ਆਪਣਾ ਬੁਖਾਰ ਵਾਸਤੇ, ਤੁਸੀਂ ਉਹ ਵੀ ਲਾ ਸਕਦੇ ਹੋ, ਜਾਂ ਕੈਲਵਿਟ ਲਾ ਸਕਦੇ ਹੋ, ਟ੍ਰੇਵੀਵੈਟ ਲਾ ਸਕਦੇ ਹੋ, ਨਿਊਰੋਕਾਈਨ ਪਲੱਸ ਲਾ ਸਕਦੇ, ਤੇ ਤੁਸੀਂ ਮੁੱਢਲੀ ਸਹਾਇਤਾ ਜਿਵੇਂ ਮੁੱਢਲੀ ਸਹਾਇਤਾ ਤੁਸੀਂ ਕਰ ਸਕਦੇ। ਉਸ ਤੋਂ ਇਲਾਵਾ ਵੀਰੋ ਜਿਵੇਂ ਕੋਈ ਡੰਗਰ ਦੇ ਦਰਦ ਹੋ ਰਿਹਾ, ਉੱਠਦਾ ਬਹਿੰਦਾ ਡੰਗਰ ਹੈ, ਜਾਂ ਗਾਲੀ ਨਹੀਂ ਕਰ ਰਿਹਾ, ਲੱਤਾਂ ਮਾਰ ਰਿਹਾ ਪੈ ਕੇ, ਉੱਠ ਰਿਹਾ ਬੈਠ ਰਿਹਾ, ਤੁਸੀਂ ਜ਼ਿਆਦਾ ਉਹ ਹੋ ਜਾਂਦੇ ਹੋ ਕਿ ਉਹ ਡੰਗਰ ਨੂੰ ਹੋ ਗਿਆ ਨਹੀਂ ਹੋ ਗਿਆ, ਉਹਨੂੰ ਹੁੰਦਾ ਨਹੀਂ।